ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਆਰ ਚੈਨਲ। ਹੋਪ ਕਰਦੇ ਗਾਇਸ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ। ਸੋ ਫਾਈਨਲੀ ਆਪਾਂ ਅੰਮ੍ਰਿਤਸਰ ਆ ਚੁੱਕੇ ਆ ਜਲੰਧਰ ਤੋਂ। ਤੇ ਜਿਵੇਂ ਕਿ ਤੁਹਾਨੂੰ ਪਤਾ ਕਿ ਸਾਡੀ ਮੈਰਿਜ ਹੋ ਗਈ ਤੇ ਹੁਣ ਇੱਕ ਹੋਰ ਮੈਰਿਜ ਆ ਗਈ, ਉਹਦੇ ਲਈ ਵੀ ਤਿਆਰ ਰਹੋ। ਸਾਡੀ ਫੈਮਿਲੀ ਦੀ ਹੀ ਮੈਰਿਜ ਆ, ਸਾਰੇ ਵਲੋਗ ਆਣਗੇ ਉਹਦੇ 'ਚ ਵੀ। ਤੇ ਆਪਾਂ ਸ਼ਾਪਿੰਗ ਵਗੈਰਾ ਵੀ ਕਰਨਾ ਵਾ, ਸਾਰਾ ਕੁਝ ਕਰਨਾ। ਤੇ ਸਭ ਤੋਂ ਪਹਿਲਾਂ ਤੇ ਉਹਨਾਂ ਦਾ ਬੈਂਗਲ ਸੈਰੇਮਨੀ ਦਾ ਫੰਕਸ਼ਨ ਆ, ਉਸ ਤੋਂ ਬਾਅਦ ਮੈਰਿਜ ਆ, ਮਤਲਬ ਇਸੇ ਮੰਥ ਦੇ ਵਿੱਚ ਮੈਰਿਜ ਆ। ਤੇ ਹੁਣ ਆਪਾਂ ਸਭ ਤੋਂ ਪਹਿਲਾਂ ਬੈਂਗਲ ਸੈਰੇਮਨੀ ਦੀ ਤਿਆਰੀ ਕਰਾਂਗੇ। ਤੇ ਹੁਣ ਐਂਜਲ ਅੱਜ ਚੱਲੀ ਆ ਨੇਲ ਆਰਟ ਕਰਾਉਣ, ਸੋ ਮੈਂ ਚੱਲਾਂ ਐਂਜਲ ਜਲਦੀ, ਤੇ ਐਂਜਲ ਦਾ ਬ੍ਰਦਰ ਮਯੰਕ ਸ਼ਰਮਾ ਉਹ ਵੀ ਚੱਲਾ ਵਾ। ਤੇ ਹੁਣ ਪਹਿਲਾਂ ਆਪਾਂ ਸੋਚਿਆ ਚਲੋ ਆਪਾਂ ਟ੍ਰੇਲਿਅਮ ਜਾਣਾ ਤੇ ਆਪਾਂ ਵੀਡੀਓ ਬਣਾ ਹੀ ਲਈਏ ਥੋੜੀ ਬਹੁਤ। ਤੇ ਆਪਾਂ ਸੋਚਿਆ ਕਿ ਆਪਾਂ ਥੋੜਾ ਬਹੁਤ ਘੁੰਮਣ ਨਾਲੇ ਵੀਡੀਓਜ਼ ਬਣਾ ਆਨੇ ਆ, ਫਿਰ ਉਸ ਤੋਂ ਬਾਅਦ ਆਪਾਂ ਨੇਲਸ ਕਰਵਾਉਣ ਜਾਣਾ, ਨੇਲ ਐਕਸਟੈਂਸ਼ਨ। ਮੈਂ ਆਪਣੀ ਮੈਰਿਜ ਤੇ ਕਰਵਾਈ ਸੀ, ਫਿਰ ਉਸ ਤੋਂ ਬਾਅਦ ਮੈਂ ਸੋਚਿਆ ਮੈਂ ਹੁਣ ਕਰਵਾ ਲੈਂਦੀ ਆ। ਚਲੀਏ ਫਿਰ, ਚਲੀਏ ਇੱਦਾਂ ਵੀ ਵਲੌਗ ਦੇ ਨਾਲ ਜੁੜੇ ਰਹੀਓ ਤੇ ਐਂਡ ਤੱਕ ਜ਼ਰੂਰ ਵੇਖਿਓ, ਬਹੁਤ ਵਧੀਆ ਵਲੌਗ ਹੋਊਗਾ ਤੇ ਫਨੀ ਵੀ ਹੋਊਗਾ। ਲਾਈਕ ਮੈਂ ਸ਼ੇਅਰ ਕਰਦੇ ਰਹੀਓ, ਥੈਂਕ ਯੂ। ਸਬਸਕ੍ਰਾਈਬ ਵੀ ਯਾਰ ਆਪਾਂ ਦੋਵੇਂ ਚੱਲ ਸਟਾਰਟ ਤੇ ਕਰਤਾ ਸੀ ਵਲੌਗ, ਆ ਬਾਈ ਜਿਹਾ ਰਹਿ ਗਿਆ। ਚਲ ਆ ਜਾ। ਸੋ ਆਪਾਂ ਹੁਣ ਤਿੰਨੋਂ ਚੱਲੇ ਆ ਵੀਡੀਓਜ਼ ਬਣਾਉਣ, ਤੇ ਫਿਰ ਆਪਾਂ ਜਾਵਾਂਗੇ ਨੇਲ ਆਰਟ ਕਰਾਉਣ। ਚਲੀਏ ਹੁਣ, ਚਲੋ ਚਲੋ। ਫਾਈਨਲੀ ਆਪਾਂ ਪਹੁੰਚ ਗਏ ਆ ਤੇ ਇੱਥੇ ਹੀ ਵੀਡੀਓ ਬਣਾਵਾਂਗੇ ਆਪਾਂ, ਠੀਕ ਆ? ਹਾਂਜੀ, ਕਰੀਏ ਸਟਾਰਟ। ਚਲੋ ਗਿਣ ਕੇ ਹੀ ਕਰਨੇ ਇੰਨੇ ਪੈਸੇ, ਪੈਸਿਆਂ ਦਾ ਕੀ ਕਰਨਾ ਬ੍ਰੋ? ਮੇਰੀ ਬਾਤ ਸੁਣ, ਪੈਸਿਆਂ ਦਾ ਕੀ ਕਰਨਾ ਤੂੰ? ਆਪਾਂ ਗੁੱਡੀ ਦੋਣੀ ਆ। ਗੁੱਡੀ ਲੈ ਯਾਰ, ਮੇਰੇ ਕੋ ਵਾਧੂ ਗੁੱਡੀਆਂ ਪਈਆਂ। ਹਾਂ ਮੇਰੇ ਕੋ ਉਦਾਂ ਲੈ ਜੀ ਗੁੱਡੀ। ਡੋਰ ਹੈਗੀ ਆ? ਹਾਂ ਗੱਤੂ ਲੈਂਦਾ। ਓ ਪਾ ਤੇਰੀ ਯਾਰ ਨੂੰ, ਤੇਰੀ ਨੂੰ ਕਿੰਨੇ ਆ? 90 ਆ। ਤੇ ਮੇਰੇ ਗਾਇ 100 ਹੋ ਜਾਣਾ, ਮੇਰੇ ਕੋ 100 ਹੋ ਜਾਣਾ। 10 ਰੁਪਏ ਹੋਰ ਲੈਣੇ? ਹਾਂ ਦੇ ਦੇ ਯਾਰ 10 ਹੋਰ ਦੇ ਦੇ। 100 ਪੂਰਾ ਕਰ ਦੋ ਮੁੰਡੇ ਦਾ। ਚੱਲ 100 ਕਰਦਾ ਪੂਰਾ, ਹੋਰ ਬਸ ਠੀਕ ਆ? ਖੁਸ਼ ਆ? ਫਿਰ ਇਹਨੂੰ ਦੁਆ ਦੇ, ਇਹਨੂੰ ਦਵਾ ਦੋ ਮੋਟੀ ਲੱਭੇ, ਥੋੜਾ ਮੋਟੀ ਲੱਭੇ। ਉਦਾਂ ਦੀ ਕਿੱਦਾਂ ਦੀ? ਉਹ ਉਦਾਂ ਦੀ। ਅੱਛਾ ਨਹੀਂ ਨਹੀਂ, ਚੱਲ ਛੜਾ ਹੀ ਤੂੰ ਰਿਆ ਫਿਰਦਾ ਹੈ ਨਾ। ਚੱਲ ਕੋਈ ਨਾ, ਚੱਲ ਠੀਕ ਆ, ਖੁਸ਼ ਆ? ਚੱਲ ਓਕੇ, ਬਾਏ। ਲਵ ਯੂ ਕਹਦੇ ਕਰੀ, ਕਹਦੇ ਕਰੀ ਲਵ ਯੂ। ਵੇਖ ਲਾ ਫਿਰ ਭਰਾ ਨੀ ਮੇਰਾ, ਲਵ ਯੂ ਕਹਦੇ, ਵੇਖ ਲਾ ਫਿਰ। 10 ਰੁਪਏ ਹੋਰ ਲੈਣੇ ਨਾ? ਹਾਂ ਫਿਰ ਲਵ ਯੂ ਕਹਦੇ ਕਰੀ, ਲਵ ਯੂ। ਐ ਲਵ ਯੂ, ਚੱਲ ਦੇ ਦੇ ਯਾਰ 10 ਰੁਪਏ ਹੋਰ ਹੈਗੇ, ਦੇ ਦੇ। ਥੈਂਕ ਯੂ ਯਾਰ। ਭਾਈ ਰੋਕ ਲੈ ਰੱਡੂ ਵਾਲੇ ਨੂੰ, ਲੱਡੂ ਖਾਣੇ ਹਨ, ਥੋੜ੍ਹਾ ਇਹਨੂੰ ਜ਼ਿਆਦਾ ਹੀ ਪਾ ਦਿਉ ਭਾਵੇਂ। ਵੀਰ ਹੋਣੀ ਆਏ ਸਾਰਿਆਂ ਨੇ ਵੀਡੀਓ ਬਣਾਉਣ, ਖਾ ਲਾਂਗੇ। ਖਾਓ ਵੀਰੇ, ਖਾ ਲਓ ਭਾਜੀ, ਆਜੋ ਆਜੋ, ਫਿਰ ਥੋੜ੍ਹਾ ਥੋੜ੍ਹਾ ਖਾ ਲਓ, ਆਜੋ ਵੀਰੇ ਖਾ ਲਓ। ਆਪਾਂ ਰੀਲ ਵਗੈਰਾ ਬਣਾਉਣੀਆਂ ਵਾ ਤੇ ਹੁਣ ਆਪਾਂ ਜਾਵਾਂਗੇ ਖਾਣ ਕੁਛ, ਖਾਣ ਪੀਣ। ਹਾਂ ਚਲੋ ਚਲੋ, ਹੁਣ ਆਪਾਂ ਖਾਣ ਪੀਣ ਜਾਵਾਂਗੇ, ਫਿਰ ਆਪਾਂ ਜਾਵਾਂਗੇ ਨੇਲਸ ਕਰਾ, ਨੇਲਸ ਕਰਾਣ। ਤੇ ਤੂੰ ਲੇਟ ਨਹੀਂ ਨਾ ਹੁੰਨੇ? ਮੈਂ ਕਿੱਥੇ ਲੇਟ ਹੋਣਾ। ਚੱਲ ਫਿਰ ਚੱਲੀਏ, ਚੱਲਦੇ ਪਏ ਆ। ਚਲੋ ਫਿਰ ਹੁਣ ਆਪਾਂ ਪਹਿਲਾਂ ਖਾ ਪੀਏ, ਚਲੋ ਕੀ ਖਾਣਾ? ਬਰਗਰ ਵੇਖਦੇ ਆ ਜਾ ਕੇ। ਚਲੋ ਜਾ ਕੇ ਵੇਖਦੇ ਆ। A few moments later ਪਹੁੰਚ ਗਏ ਫਿਰ, ਤੇ ਹੁਣ ਇਹਦੇ ਨੇਲਸ ਸਟਾਰਟ ਹੋ ਗਿਆ ਤੇ ਡਿਜ਼ਾਈਨ ਦਿਖਾਏ ਭਾਜੀ ਨੂੰ, ਅਸਲੀ ਨੇਲਸ ਕੱਟੇ ਗਏ, ਡਿਜ਼ਾਈਨ ਦਿਖਾਣਾ ਹਲੇ ਪਹਿਲੇ ਨੇਲਸ ਕੱਟਣਗੇ ਨਾ। ਅੱਛਾ ਅੱਛਾ, ਜਿਹੜੇ ਪੁਰਾਣੇ ਆ। ਓ ਮਾਏ ਤੋਂ ਗਈ ਖੜਾ ਉੱਠ ਜਾਂਦੇ ਆ ਇਹ। ਕਾਲੇ ਹੱਥ ਭਾਈ ਵੀ ਹੱਸਦੇ, ਤੂੰ ਕਰਾਉਣੇ ਵੀਰੇ ਕਰਵਾ ਲਾ। ਹਾਂ ਜੀ ਥੋੜ੍ਹੀ ਕਰਾਉਣੀ ਹੈ। ਬੂਟ ਨਾ ਆਵੇ, ਬੂਟ ਅੱਗੋਂ ਪਾਟੇ ਹੋਣ ਅੱਗੋਂ ਦੀ। ਨੋ ਚੇਂਜ ਕਰਾ ਲੈ, ਮੂਵੀ ਚ ਕਰਾ ਲੈ। ਹੈ ਘੱਟ ਬੋਲੋ, ਹੈ ਘੱਟ ਬੋਲੋ, ਖੁਸ਼ੀ ਕਿੱਡੀ ਅੱਜ ਹੈ। ਓ ਹੁਣ ਨਾ ਕਹੀਂ ਵਿਆਹ ਤੇ ਕੁਝ ਕਰਾ ਕੇ ਨਹੀਂ ਦਿੱਤਾ, ਠੀਕ ਆ?
ਵਾਲਾਂ ਦਾ ਇੱਥੋਂ ਹੋ ਜੂਗਾ? ਨਹੀਂ ਨਹੀਂ ਹਾਂ ਕਰਾਵਾਂਗੇ ਨਾ ਇੱਕ ਦਿਨ ਪਹਿਲਾਂ। ਮੈਂ ਸ਼ਾਇਦ ਇੱਥੋਂ ਹੀ ਹੋ ਜੂਗਾ ਉਹ ਵੀ। ਨਹੀਂ ਚੜੇ ਲੱਗਣ ਨੋ ਇਨਾ ਵੱਡਾ ਕਰਨਾ ਨਹੀਂ ਕੱਟ ਕਰਕੇ ਛੋਟਾ ਕਰਨਾ ਹਲੇ। ਮੈਂ ਰਾਤੀ ਭਾਵੇਂ ਮੇਰੇ ਮਾਰਦੀ ਹੋਵੇ ਬਿੱਲੀਆਂ ਵਾਂਗ। ਜ਼ਿਆਦਾ ਲੌਂਗ ਨਹੀਂ ਨੈਚੁਰਲੀ ਲੱਗਣ, ਐਕਸਟੈਂਸ਼ਨ ਲੱਗੇ ਨਾ ਯਾਰ। ਖਾਰਿਸ਼ ਕਰਨ ਦਾ ਮਜ਼ਾ ਹੀ ਬੜਾ ਹੋਊਗਾ ਨਾ, ਹੈਨਾ? ਇਹਦੇ ਪਿੱਛੇ ਕਿਉਂ ਨੀ ਲੱਗੇ ਇੱਥੋਂ ਦੀ ਨਹੀਂ ਮੇਰੀ ਤੂੰ ਗੱਲ ਨੀ ਸਮਝੀ, ਇਹਦੇ ਉੱਪਰ ਉੱਪਰ ਲਾਏ ਨਾ ਇੱਥੇ, ਇੱਥੇ ਨੀ ਲੱਗਦੇ ਪੂਰੇ, ਨਹੀਂ ਲੱਗਦੇ ਹੋਣੇ। ਜੋ ਨੇਚਰਲ ਐਕਸਟੈਂਸ਼ਨ ਹੈ ਉਹ ਫੁੱਲ ਟਿਪ ਆਏਗਾ, ਠੀਕ ਹੈ, ਫੁੱਲ ਆਏਗਾ। ਜੋ ਇੱਕ ਲੈ ਕੇ ਹਾਫ ਟਿਪ ਆਏਗਾ ਉਸਨੇ ਉੱਪਰ ਸੇ ਪੁੱਡ ਆਏਗਾ। ਇਹਨੂੰ ਵੀ ਸਮਝ ਨਹੀਂ ਲੱਗੀ ਵੈ। ਚਲੋ ਕੋਈ ਨਾ, ਚੱਲ ਕੋਈ ਨਾ, ਹੌਸਲਾ ਹੀ ਆ। ਨਹੀਂ ਜੋ ਨੇਚਰਲ ਵਾਲੇ ਆ ਉਹ ਫੁੱਲ ਆਤਾ, ਹਾਂ ਐਕ੍ਰੀਲਿਕ ਮੇ ਹਾਫ ਆਤਾ। ਓਕੇ, ਇਹ ਕਿਉਂ? ਕਿਉਂਕਿ ਇੱਕ ਐਕ੍ਰੀਲਿਕ ਰਿਫਿਲਿੰਗ ਕਰੇਗਾ, ਠੀਕ ਹੈ, ਜਿਤ ਤੱਕ ਆਪਕੋ ਨੀਲ ਗਰੋ ਹੋਗਾ ਨਾ ਤੂੰ ਇਤਨਾ ਆ ਜਾਏਗਾ, ਤੋ ਤਬ ਤੱਕ ਆਪਕੋ ਨਈ ਰਿਫਿਲਿੰਗ ਕਰਨਾ ਪੜੇਗਾ। ਓਕੇ, ਜੋ ਟੈਂਪਰੇ ਹੋ ਸਿਰਫ ਵਨ ਟਾਈਮ ਕੇ ਲੀਏ। ਬਈ ਇਸਕੋ ਨਹੀਂ ਸਮਝ ਲਗਤੀ ਇਤਨੀ। ਤੋ ਇਹ ਕਿਤਨੇ ਦਿਨ ਬਾਅਦ ਰੀਫਿਲਿੰਗ ਹੋਏਗੀ? 20-25 ਦਿਨ ਕਾ ਆਪਕੋ ਨੀਲ ਗਰੋਥ ਹੈ, ਨੀਲ ਜਲਦੀ ਗਰੋ ਹੋਤਾ ਹੈ ਤੋ 20 ਦਿਨ ਮੇ ਹੋ ਜਾਏਗਾ, ਸਲੋ ਤੋ 1 ਮਹੀਨਾ ਤੋ ਹੋ ਜਾਏਗਾ। ਕਹਿੰਦੇ ਜੇ ਘਰੇ ਭਾਂਡੇ ਮਾਂਜੇ ਫਿਰ 1-2 ਦਿਨ ਚ ਹੀ ਕਰਾਉਣੀ ਪੈਣੀ ਆ, ਜੇ ਨਾ ਮਾਂਜੇ ਫਿਰ ਭਾਵੇਂ 20 ਦਿਨ ਭਾਵੇਂ ਮਹੀਨਾ, ਹਨਾ? ਏਦਾਂ ਹੀ ਆ। ਖਾਰਿਸ਼ ਅੱਛੀ ਹੋ ਜਾਏਗੀ ਨਾ, ਖਾਰਿਸ਼ ਗਰਾ ਹੋ ਜਾਏਗੀ, ਅੱਛੀ ਹੋ ਜਾਏਗੀ। ਚਲੋ ਠੀਕ ਹੈ ਜੀ, ਕਰ ਦੋ ਹੋਰ ਛੁੱਟੀ ਕਰੋ। ਠੀਕ ਹੈ, ਵੈਸੇ ਤੋ ਜਬ ਆਪਨੇ ਸ਼ੇਪ ਬਣਾਣੀ ਤਬ ਵੀ ਥੋੜੀ ਤੋ ਹਲਕਾ ਸੀ ਹੋਗਾ, ਕਰਨਾ ਥੋੜਾ ਕਰ ਲੀਜੀਏ, ਬਸ ਕਰ ਲੋ। ਠੀਕ ਹੈ, ਨਹੀਂ ਪ੍ਰੋਬਲਮ ਬੜੀ ਆਣੀ ਹੈ ਫਿਰ ਕੰਮ ਆਉਣੀ। ਚਲੋ ਮੈਂ ਕੋ ਆਪਣਾ ਹੀ ਫੋਨ ਨਹੀਂ ਚੱਲਦਾ ਫਿਰ। ਆਪ ਇਹ ਦੋ ਫਿੰਗਰ ਸਕੇਲ ਕਰ ਦੋ, ਬਾਕੀ ਪਿੰਕ ਔਰ ਹਾਫ ਆਫ ਕਰ ਦੋ। ਦੱਸ ਕਹਿੰਦਾ ਵੇਲੇ ਕਦੋਂਣਾ ਐਂਜਲ, ਝਾੜੂ ਪੋਚੇ ਵੀ ਲਾਣੇ ਨੇ ਹਲੇ ਕਰੀ ਜਾ ਕੇ। ਨਹੀਂ ਫੋਨ ਹੀ ਨਹੀਂ, ਟਾਈਪਿੰਗ ਹੀ ਨਹੀਂ ਹੁੰਦੀ। ਫੋਨ ਨਹੀਂ ਕਹਿ, ਭਾਂਡੇ ਮਾਜਣੇ ਹੁੰਦੇ ਆ ਕਹਿ। ਚੱਲ ਦੇਖ ਲੈਂਸ ਨੂੰ ਜ਼ਿੰਦਗੀ ਭਰ ਪਾ ਸਕਦੀ ਆਪਾਂ। ਹਾਂਜੀ ਸਰ।
ठीक है ना भी कहता वेले कदों होना मैं 2 घंटे बन्ने हैं चौके ना लाई भरावा तेरे तो नहीं नो ज्यादा गए होने कट ला बड़ा घैंट है अच्छा इदा ठीक होर छोटे करने ठीक है यार इन्ने खारिश तो वधिया करी है सबको मजे है उसको बार च पूरा नो बन गया अपना पहले इधरों फिर इधरों फिर इधरों फिर यार ਸ਼ੇਪ ਬੰਦੀ ਪਿਓ ਨਾ ਆਵਲੀ ਐਲਮੰਡ ਐਲਵਾਈਲੀ ਹੋ ਗਿਆ ਸ਼ੇਪ ਬਣ ਗਿਆ ਹਾਂ ਠੀਕ ਹੈ ਨਿਕਲ ਲੈਂਥ ਬਹੁਤ ਵਧੀਆ ਕਮੈਂਟ ਚ ਸੀ ਠੀਕ ਹੈ ਨਿਕਲ ਲੈਂਥ ਹੋਰ ਕਮੈਂਟ ਚ ਦੱਸੋ ਇੰਨੀ ਕਿ ਲੈਂਥ ਠੀਕ ਆ ਕਮੈਂਟ ਚ ਦੱਸੋ ਇੰਨੀ ਕਿ ਲੈਂਥ ਠੀਕ ਆ ਚਲੋ ਹੁਣ ਕੀ ਕਹਿੰਦਾ ਹੁਣ ਕੀ ਹੋਊਗਾ ਹੁਣ ਕਲਰ ਸਿਲੈਕਟ ਕਰਾਂਗੇ ਜਿਹੜੇ ਕਲਰ ਦੀ ਨੇਲ ਪੇਂਟ ਲਗਾਉਣਾ भैया जैसे मैं करवा रही हूँ मैरिज है घर के ही मैरिज है तो अब मैरिज के हिसाब से कुछ अच्छे से बता दो कोई एक्सेसरी कुछ लग रहा तो वो भी बता देना तो फंक्शन के हिसाब से करवाना ना सिंपल तो नहीं करवाना ब्याह के था चाह इनू चढ़े ਵਿਆਹ ਦੀ ਦਾ ਚਾਹ ਨਹੀਂ ਚੜੇ ਤੁਸੀਂ ਨਹੀਂ ਕੋਟ ਪੈਂਟ ਸਵਾਣਾ ਕੋਟ ਪੈਂਟ ਤਾਂ ਸਾ ਸਵਾਣਾ ਹੀ ਆ ਮੁੰਡਿਆਂ ਦਾ ਤਾਂ ਹੁੰਦਾ ਹੀ ਬਸ ਕੱਪੜੇ ਜਾਂ ਵਾਲ ਤੁਹਾਡੇ ਨਹੀਂ ਹੁੰਦੇ ਕੱਪੜੇ ਅੱਛਾ ਤੁਸੀਂ ਇੱਕ ਮਿੰਟ ਦੱਸੋ ਕੁੜੀਆਂ ਦਾ ਕਿੰਨਾ ਕੁਝ ਹੁੰਦਾ ਮੇਕਅਪ ਹੇਅਰ ਨੇਲਸ ਬੀਬੀ ਘਰ ਵਿੱਚ ਸੰਭਲ ਕੇ ਬਸ ਹੋਰ ਜਵੈਲਰੀ ਹੁੰਦੀ ਆ ਡਰੈਸ ਹੁੰਦੀ ਆ ਅੱਛਾ ਚੱਪਲਾਂ ਹਾਂ ਸੈਂਡਲ ਕੀ ਆਪਾਂ ਬੂਟ ਦੀ ਬੰਦ ਜ਼ਿੰਦਗੀ ਪਹਿਰੀ ਜੰਨੇ ਆ चंगी तरह नहाना पहला दो दिन हो गए तो चल ऐदा ही हुंदा ठंड च ऐदा ही करना ही दा ये की का आ वे क्यों नहीं की हुंदा है झंग जी बन जांदी ये प्रोडक्ट मैंने बोला ना एकड़ लिख डिजाइन देख रही हैं पांडा एंग्री बर्ड भाई तू सी बना दे सारा कुछ है और ते ओना है भाई जी ये बना देते हो पांडा एंग्री बर्ड वगैरह अगर इसकी शक्ल बनानी हो वो बन जाएगी इसमें झग नहीं है कुछ हो रही है पता नहीं की क्या है ये एक्रिलिक पाउडर एक्रिलिक पाउडर ओदे बाहर भी लिखे होना तो मेनू भी पता ये सर क्या करता है वो पूछते हैं ये ऊपर प्रोडक्ट डल देने हुई उन्होंने भी आसान था मैं केड़े पल्ले पै गए चलो कराओ मैं थोड़ी देर बैठना ठीक है बैठे ही हो आगे भी जो दे आयो अच्छा ओ बैठे ही हो भाई पहले मेरी गाल सुनो हां पहले जल्दी काट के ले आओ टिक्की चो ओ जा मैं नहीं जाना हां की है जिम जिम जाना रहन दे आज मैं कहना
करवावा डाक ही। हां यार अब सही है, नहीं इतना रेड नहीं कराना, इतना नहीं का ठीक है। केड़ा सिलेक्ट किया फिर? ओह लग के पता लगूगा ਕਿਤਾ ਡਾਰਕ ਕਲਰ ਹੀ ਆ। ਅੱਛਾ ਡਾਰਕ ਕਲਰ ਕੀਤਾ, ਮੈਨੂੰ ਦੱਸ ਤੇ ਦੇ ਪੈਸੇ ਨਹੀਂ ਪਤਾ, ਨਹੀਂ ਦੱਸਣਾ ਪੱਕਾ? ਚਲ ਲੱਗ ਜੂਗਾ, ਪਾ ਲੱਗ ਜੂਗਾ ਸਾਰਿਆਂ ਨੂੰ। ਇਹਨੂੰ ਤਾਂ ਨੀਂਦ ਆ ਗਈ ਪੂਰੀ, ਮੈਨੂੰ ਵੀ ਆ ਗਈ ਨੀਂਦ, ਨਾਲੇ ਭੁੱਖ ਲੱਗੀ ਆ। ਘਰੇ ਜਾ ਕੇ ਰੋਟੀ ਖਾਈਓ ਪਕਾ ਕੇ, ਬਾਈ ਵੀ ਹੱਸ ਪਿਆ ਵੇਲਾ, ਬਾਈ ਨੂੰ ਹੀ ਪਤਾ ਹੀ। ਨਹਾਤੇ ਨੀ, ਠੰਡ ਬਹੁਤ ਲੱਗਦੀ ਤੈਨੂੰ ਬੜਾ ਪਤਾ, ਕੱਲ ਹੀ ਸਵੇਰੇ ਨਹਾਤਾ ਲੈ। ਆਹੀ ਕਰਾ ਲਾ ਫਿਰ, ਤੁਹਾਨੂੰ ਕਿਹੜਾ ਲੱਗਾ ਸਹੀ? ਸਾਰੇ ਸਹੀ, ਆ ਵੀ ਸਹੀ ਆ, ਹੈਨਾ? ਹਾਂ ਆਹੀ ਫਸਟ ਕਰ ਦੋ, ਫਸਟ ਤੇ ਅਗਰ ਫਸਟ ਦੇ ਨਾਲ ਉਂਗਲੀ ਹੋਏਗਾ ਤੇ ਵਾਈਟ ਤਾਂ ਹੋਏਗਾ, ਵਾਈਟ ਬੇਸ ਨੀਚੇ ਲੱਗੇਗਾ, ਜਿਸ ਦਾ ਇਹ ਵਾਲਾ ਬੇਸ ਲੱਗੇਗਾ ਨੀਚੇ, ਹਾਂ ਫਿਰ ਉਹਦੇ ਉੱਤੇ ਉਂਗਲੀ ਹੋਏਗਾ, ਠੀਕ ਆ, ਜਿਸ ਦਾ ਇਹ ਵਾਲਾ ਬੇਸ ਲੱਗੇਗਾ। ਓਕੇ ਉਹਦੇ ਉੱਤੇ ਵਾਈਨ ਦਾ ਹੋ ਜੇਗਾ, ਜਦੋਂ ਕੰਪਲੀਟ ਹੋ ਜਾਊਗਾ ਤਾਂ ਤੁਹਾਨੂੰ ਦਿਖਾਇਆ ਜਾਊਗਾ, ਮੈਨੂੰ ਖੁਦ ਨਹੀਂ ਪਤਾ ਲੱਗਣ ਦਿਆ ਹੁਣ ਕਿਤੇ, ਇਹ ਕੁੜੀਆਂ ਨੂੰ ਵੀ ਪਤਾ ਹੁੰਦਾ ਹਨਾ। ਪੂਰੀ ਫਿੰਗਰ ਕਰਵਾ ਲੈਣੀ ਆ ਇੱਕ ਅੱਧੇ ਤੇ, ਫਿਰ ਲੀਟਰ ਕਰਾ ਆ, ਪੂਰੀ ਉਂਗਲਾ ਕਰਾਣੀ ਹੁਣ? ਨਹੀਂ ਹਾਂ ਨਹੀਂ, ਅੱਬੇ ਕਿਹਾ ਕੋਈ ਪੂਰੀ ਫਿੰਗਰ ਕਰਵਾ ਲੈਣੀ ਹੈ, ਬੜਾ ਔਖਾ ਕੰਮ ਆ। ਕਿੰਨੇ ਘੰਟੇ ਹੋਏ ਤੁਹਾਨੂੰ ਬੈਠੇ ਨੂੰ? ਆਏ ਆਏ ਸੀਗੇ 5:30 ਆਏ ਸੀ, ਹਾਂ 4:30 ਤੁਰੇ ਸੀ, 5 ਵਜੇ ਪਹੁੰਚ ਗਏ ਸੀ, ਤੇ ਹੁਣ ਕਿੰਨਾ ਟਾਈਮ? 6:20 ਬਸ, ਮਤਲਬ ਕਿ 1.5 ਘੰਟਾ ਹੋ ਗਿਆ, ਹਾਲੇ ਘੰਟਾ ਲੱਗਣਾ ਮੈਮ ਹੋਰ? ਨਹੀਂ ਨਹੀਂ ਸ਼ੁਕਰ, 15-20 ਮਿੰਟ ਪੈਰ ਤੇ ਵੀ ਕਰਨਾ, ਹਾਂ ਪੈਰ ਕਾ ਵੀ, ਇਸਕਾ ਇਸਕੀ ਹਾਲੇ ਲੱਤਾਂ ਤੇ ਵੀ ਆ, ਪੈਰ ਦਾ ਵੀ ਆ, ਨੇਲ ਪੇਂਟ ਲਗਾਣੀ ਆ, ਨੇਲ ਪੇਂਟ ਲਗਾਣੀ ਤੇ ਨਹੀਂ ਨੋਲ ਵਾਲੇ, ਹੋਰ ਬੂਟ ਪਾੜ ਕੇ ਬਾਹਰ ਆ ਜਾਣਾ, ਝਾੜ ਦਿਓ ਭਾਈ ਵੀ ਡਰ ਗਿਆ ਕਹਿੰਦਾ ਪੈਰ ਤੇ ਵੀ ਬਾਈ, ਅਬ ਤੋ ਘੰਟਾ ਲੱਗੇਗਾ ਨਾ? ਨਹੀਂ ਇਹ ਫਿਰ ਮੈਂ ਘੰਟੇਗਾ, ਕਿਤਨੇ ਮਿੰਟ ਲੱਗੇਗਾ? 15 ਮਿੰਟ ਲੱਗਣੇ ਆ, ਪਰ ਹੱਥ ਤੇਰੇ ਕਾਲੇ ਆ, ਨਹੀਂ ਸਾਡੇ ਬਹੁਤ ਗੋਰੇ ਆ, ਮੇਰੇ ਗੋਰੇ ਆ ਵੇਖੋ, ਅੱਗੋ ਤੇ ਸਾਰਿਆਂ ਦੇ ਗੋਰੇ ਆ, ਹੈਂਡ ਵਾਸ਼ ਕਰਕੇ ਤਾਂ ਆਪਾਂ ਅੱਛਾ ਲੱਗ, ਕਿਉਂ ਲਿਮ ਮੇ ਦਲ ਦੇ ਥੋੜਾ ਥੋੜਾ ਉਹ ਬਲੈਕ ਜਾਏਗਾ ਪਿਆ, ਲੀਟਰ ਉੱਪਰ ਹੀ ਸਮਝ ਲੱਗੇ ਨਾ, ਅੱਛਾ ਉਂਗਲ ਰਹਿਣ ਦਿੱਤੀ, ਇੱਕ ਗਲਿਟਰੀ ਆ, ਨਹੀਂ ਆ ਉਂਗਲ, ਅੱਛਾ ਇਧਰ ਰੱਖ ਬਟੇਗਾ ਵੀ ਇਧਰ ਆਏਗਾ, ਗਲਿਟਰ ਪੇ ਵੀ ਸੈਕਿੰਡ ਕੋਲ ਹੈ, ਹਾਏ ਜੇ ਤੇਰੇ ਹੱਥ ਕਿਤੇ ਕਾਲੇ, ਤਾਂ ਮੂੰਹ ਤੇ ਸੋਹਣਾ ਥੋੜਾ ਬੋਦਾ ਥੋੜਾ ਬੋਦਾ, ਹੱਥ ਵਾਸ਼ ਕਰਨ ਵਾਲੇ ਹੋਏ, ਹਾਂ ਅੱਛਾ ਲੈਂਪ ਹੱਥ ਬਲੈਕ ਹੋ, ਥੋੜਾ ਡਾਰਕ ਹੋ, ਬਸ ਉਹ ਕਹਿ ਰਹੇ ਲੈਂਪ ਤੇ ਹੱਥ ਥੋੜਾ ਡਾਰਕ ਹੋ ਜਾਂਦਾ, ਜੋ ਓਕੇ ਓਕੇ ਮੇਰੇ ਕੋ ਸਮਝ ਨਹੀਂ ਨਾ ਲੱਗੀ, ਇਹ ਦਿਖਾਓ ਨਾ, ਠੀਕ ਹਾਂ ਜੇ ਦਿਖਾ ਦਿਆ ਮੈਨੇ, ਹੁਣ ਬਸ ਹੁਣ ਸਾਰਾ ਕੰਪਲੀਟ ਹੋ ਕੇ ਫਿਰ ਦਿਖਾਉਂਦੇ ਆ ਤੁਹਾਨੂੰ, ਐਂਡ ਚ ਦਿਖਾਣਾ ਹੁਣ, ਚਲੋ ਗਾਇਸ ਵੇਖਦੇ ਆ, ਜੇ ਵਧੀਆ ਲੱਗੇ ਤੇ ਕਮੈਂਟ ਕਰਕੇ ਦੱਸਿਓ, ਜੇ ਨਹੀਂ ਲੱਗੇ ਤੇ ਆ ਭਾਜੀ ਨੇ ਕੀਤਾ ਵਾ ਵੇਖ ਲਓ, ਠੀਕ ਹੈ ਹਾਂ, ਹੁਣ ਕੀ ਰਹਿ ਗਿਆ, ਸੋਹਣੀ ਲੱਗੀ ਆ, ਹੂੰ ਹੁਣ ਬੋ ਲਗਾਣੀ ਆ, ਅੱਛਾ ਵੀ ਸਿਲੈਕਟ ਕਰਨੀ ਪੈਂਦੀ ਹੈ, ਨਹੀਂ ਇਹ ਇੱਕ ਕੋਟ ਹੋਰ ਹੋਗਾ, ਇੱਕ ਕੋਟ ਹੋਣਾ ਡਬਲ ਕੋਟ, ਅੱਛਾ ਮੈਮ ਕਹਿੰਦੇ ਇੱਕ ਕੋਟ ਹੋਰ ਆ, ਐਵੇਂ ਆਪਣੇ ਵੱਲੋਂ ਤਾਂ ਬੋਲੀ ਨਹੀਂ, ਦੱਸ ਪਤਾ ਤੈਨੂੰ ਕੁਝ ਹੈ ਨਹੀਂ ਆ, ਮੈਨੂੰ ਕਿਹੜਾ ਭਾਜੀ ਨੂੰ ਪਤਾ ਸਭ, ਭਾਜੀ ਤੁਸੀਂ ਦੱਸਿਓ ਕੀ ਕਰਨਾ, ਭਾਜੀ ਵੀ ਹੱਸ ਪਏ, ਕਿਹੜੀ ਬਹੁਤ ਸੋਹਣੀ ਆ, ਆ ਤਿੰਨ ਇੱਕ ਐ ਵੀ ਆ ਵੱਡੀ ਵਾਲੀ, ਵੈਸੇ ਜਿਹੜੀ ਉਹ ਪਹਿਲੇ ਨੰਬਰ ਤੇ ਗਈ ਨਹੀਂ, ਇਹ ਵੀ ਚੀਜ਼ ਹੈ, ਕੱਲ ਅੱਛੀ ਵੀ ਆਣੇ ਲੱਗੀ ਸੀ ਇਸ ਉੱਪਰ, ਤੋਂ ਆਣਾ ਪਤਾ ਕਰ ਦੋ, ਆ ਸਹੀ ਆ,
देख ला जड़ी तन्नू सही दादी ओए कर ला हो गया फ्रेंड्स दा हो गया रुक जाओ ओनु ड्राई हो लांदे ना सॉक्स उतारो बहुत नहीं मारन दे पहला दस ना नहीं पक्का हाय हाय जी थत थत मेरे पे लगानी है पैर तेरे गोड़े है ये गोरे होने अंदर रहे हैं हाथ पे हुन बाहर रहंदे टाइम में आंदे है दूसरा बूट खोल ला अच्छा ब्लैक च करना ब्लैक च रहन दे ना ले दिखा दे मारे ये हाथ अंगूठा खा क्या बात है चार ही बोलो आई सोनी है सोनी है दसो हाथ काले पर गोरे कर दे फिल्टर ला दे चलो उधर करता है उधर जाओ नोई नहीं गए है छोटे छोटे नो नींद बुरी आ गई और थक गया गई नींद नहीं गई मैं कदा नींद ही गई हूं जिम जाना है मैं जिम जाना जाना ये भी मैं ही करा पूरी निकली भी इतना ही लेयर क्या होया की नेल पेंट अंगूठे दी अब भी उतर गई नकली लोगे इतना ही होगा नहीं ये वालियां तो उतर दिया ही नहीं है परमानेंट हूँ दिया तो फिर तीन मंथ दी है ना अभी वीक ना मैं लाख सोना है ना तो मैच नहीं होता था ना काले हाथ था अपने दिखाओ आ गोरे चिट्टे देखो मेरे तू शेर बखाने बखाना टैटू जो बनवाया पैर से सेम कराने कलर अच्छा वे पैर तेरे बेने किन्ने आ ते नेल पॉलिश लानी हुंदी है पैरां ते की होया अच्छा सैंडल वगैरह पानी नहीं ना चप्पल वगैरह पहला भी लगवाई सी मैं परमानेंट हुंदी है मिटनी नहीं ना अच्छा चलो पूरी लग जूगी फिर विखाने आ ठीक है पैरां ते तो सिंपल ही लगना उत्ते केड़ा कुछ बो वगैरह लगने या नेल्स लगने आ अच्छा सिंपल ही है सिंपल नेल पेंट है जिदा की बता थे बोल वाले जिदा घर लाई दी उस तरह ही आ की लांदे मैम छुट्टी चलते फिर घर चीज है ਜੇ ਕਾਰਿਸ਼ ਹੁੰਦੀ ਹੈ ਨਾਲ ਕੋਈ ਦੇ ਨਾਲ ਕਾਰਿਸ਼ ਵੀ ਹੋ ਰਹੀ ਹੈ ਨਾ ਹੋ ਜਾਂਦੀ ਹੈ ਹੋ ਗਿਆ ਹਾਂਜੀ ਹੂੰ ਚਲੋ ਪੇਮੈਂਟ ਕਰੋ ਫਿਰ ਜਾਓ ਕਰੋ ਉਧਰ ਕਾਊਂਟਰ ਆ ਅੱਛਾ ਮੈਂ ਕਰਾਂ ਪੇਮੈਂਟ ਤੇ ਹੋਰ ਕਿੰਨੇ ਕਰਨੀ ਹੈ ਠੀਕ ਹੈ ਪਿਛਲੀ ਵਾਰੀ ਤੇ ਤੂੰ ਕੀਤੀ ਸੀ पिछली वारी मेरा गूगल पे चलता ही ऐड के नहीं चलता अच्छा ओनू कालियां पईयां जी शुगर हो गया शुगर है चलो मैं भी शुगर ही बनाने कर जाके आराम ना सोवांगे सही मेनू तो भूख लगी हुई है रोटी पकाएंगी तो फिर ही खाएंगी पेमेंट पूछ किन्नी है की करन लगे जे तस्मे नहीं बड़े आ दे मैं शूज पा रही है ना शूज आई कड़ा गया चप्पल पा रही चोकी नो वो ही पा रही है ए तेन रखना जीन नवी 1200 दी है फोटो खिचान वक्त बड़ा अच्छे रखवांदे ही नाल झांझ पांदे ही ओ चल फोटो ही ना रील दे विच चल एक मिनट पै नहीं हले अड्डी तो पै गया रुक सही है नहीं नहीं हो गया
चलो चलिए घर, बहुत सोने चलिए, चलो चलो। थैंक यू भाजी वंस अगेन। तो गाइस आज साडा इदा व्लॉग जितन सारे नु बढ़िया लगे, लाइक मैं शेयर करना ना भूलना, नाले चैनल नु सब्सक्राइब भी, ते इस तो आगे और बढ़िया बढ़िया व्लॉग्स आनगे। ए ते मतलब हुन मैरिज दी तैयारी, हाले ट्रेलर भी नु थोड़ा जे कहंदे आ 5 सेकंड दा टीजर ला लो ओ सी, ते अगे मैरिज दे व्लॉग होर आनगे। ते इदा सपोर्ट करदे रहया करो, लाइक मैं शेयर करदे रहया करो, ते चैनल सब्सक्राइब करदे रहया करो, ते नेल सुखा दे लास्ट टाइम। थैंक यू।